ਬਈ ਉਹ ਕਿੱਥੇ ਜਾਣਾ ਤੈਨੂੰ ਪੁੱਛਿਆ ਮੈਂ ਟਿਕਟ ਹੈਗੀ ਆ ਐ ਨਾ ਕਰ ਟਿਕਟ ਦਿਖਾ ਸਾਲਿਆ ਕਿਤੇ ਮਰਨ ਮੁਰਨ ਤਾਂ ਨਹੀਂ ਆਇਆ ਸੀ ਡਰ ਗਿਆ ਡਰ ਗਿਆ ਰਾਤਾ ਨਾ ਆ ਤੇਰੇ ਵਰਗੀ ਸ਼ਕਲ ਲੈ ਕੇ ਨਾ ਇੱਥੇ ਲੋਕ ਮਰਨ ਹੀ ਆਉਂਦੇ ਆ ਸਹੀ ਅੰਦਾਜ਼ਾ ਲਾਇਆ ਨਾ ਹੁਣ ਇਹ ਦੱਸਾਂ ਮਰਨਾ ਕਿਉਂ ਆ ਮਰਨਾ ਕਿਉਂ ਆ ਮਰਨਾ ਕਿਉਂ ਮਰਨਾ ਕਿਉਂ ਉਮਰ ਤੇਰੀ 25-26 ਸਾਲ ਕੁੜੀ ਵਾਲਾ ਚੱਕਰ ਹੋਣਾ ਉਹੀ ਪੁਰਾਣਾ ਘਸਿਆ ਪਿਟਿਆ ਕਿੱਸਾ ਮਨਾ ਮੂਹੀ ਪਿਆਰ ਇਕੱਠੇ ਜਿਉਣ ਮਰਨ ਦੀਆਂ ਕਸਮਾਂ ਹਾਏ ਤੇਰੇ ਵੇਲੇ ਜੀ ਨਹੀਂ ਸਕਦੀ ਹਾਏ ਜਾਨੂ ਮੈਂ ਵੀ ਤੇਰੇ ਬਿਨਾਂ ਜੀ ਨਹੀਂ ਸਕਦੀ ਦੂਤ ਦੇ ਮੋਛੇ ਵਰਗੀ ਹੈ ਕਦੇ ਨਾ ਵਿਚਾਲੋ ਟੁੱਟ ਉਹ ਜਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਬਚਾਲੋ ਟੁੱਟਦੀ ਕਹਾਣੀ ਚੇਂਜ ਜਿਹੜੀ ਸਾਹਾਂ ਚ ਸਾਹ ਭਰਦੀ ਸੀ ਰੋਜ਼ ਮੇਰੇ ਨਾਲ ਗੱਲਾਂ ਕਰਦੀ ਸੀ ਬੀਜੀ ਅੱਜ ਕੱਲ੍ਹ ਰਹਿਣ ਲੱਗੀ ਤੂੰ ਕੌਣ ਮੈਨੂੰ ਕਹਿਣ ਲੱਗੀ ਤੇਰੇ ਕੋਲੇ ਕੁਛ ਹੋਣਾ ਨਹੀਂ ਪੱਲੇ ਨਾ ਧੇਲਾ ਕਰਦੀ ਮੇਲਾ ਮੇਲਾ ਪੱਲੇ ਨਾ ਧੇਲਾ ਉਹ ਕਰਦੀ ਮੇਲਾ ਮੇਲਾ ਮੇਰਾ ਤਾਂ ਪਤਾ ਨਹੀਂ ਪਰ ਜੇ ਤੂੰ ਚੁੱਪ ਨਾ ਹੋਏ ਨਾ ਤੈਨੂੰ ਜ਼ਰੂਰ ਮਾਰ ਦੂੰਗਾ ਕਿਸੇ ਨੂੰ ਮਾਰਨ ਲਈ ਵੀ ਨਾ ਪਹਿਲਾਂ ਆਪ ਮਰਨਾ ਪੈਂਦਾ ਗੁੱਸਾ ਬਹੁਤ ਆਉਂਦਾ ਤੈਨੂੰ ਮਤਲਬ ਕੁੜੀ ਵਾਲਾ ਚੱਕਰ ਤਾਂ ਹੈ ਨਹੀਂ ਫਿਰ ਹੋਰ ਕੀ ਹੋ ਸਕਦਾ ਤੇਰੀ ਉਮਰ ਚ ਬੰਦਾ ਹੋਰ ਕੀ ਕਰ ਸਕਦਾ ਪੜ੍ਹਦਾ ਪੁੜ੍ਹਦਾ ਹੋਏਗਾ ਨੰਬਰ ਨੁੰਬਰ ਘੱਟ ਆਏ ਹੋਣਗੇ ਫੇਲ ਹੋ ਗਿਆ ਹੋਏਗਾ ਨੰਬਰ ਨੁੰਬਰ ਘੱਟ ਆਏ ਹੋਣਗੇ ਤੇ ਫੇਲ ਹੋ ਗਿਆ ਹੋਏਗਾ ਸੋਚਦਾ ਹੋਏਗਾ ਘਰੇ ਮੈਂ ਕੀ ਬਹਾਨਾ ਬਣਾਵਾਂ ਹਾਏ ਮੇਰਾ ਬਹਾਨਾ ਤਾਂ ਘਰ ਦੇ ਫੜ ਲੈਂਦੇ ਆ ਕਿਉਂ ਮੇਰਾ ਤਾਨੇ ਮਾਰੂਗਾ ਮਾਂ ਮੇਰੀ ਗੁੱਸੇ ਹੋਊਗੀ ਹਾਏ ਮੈਂ ਕਿੱਧਰ ਜਾਵਾਂ ਹਾਏ ਮੈਂ ਕਿੱਧਰ ਜਾਵਾਂ ਬੇਇੱਜ਼ਤੀ ਹੋ ਜਾਣੀ ਚਾਰੇ ਪਾਸੇ ਇੰਨਾ ਸਾਰਾ ਖਰਚਾ ਕਰਾਤਾ ਘਰਦਿਆਂ ਦਾ ਅਜੇ ਤੱਕ ਕੁਛ ਨਹੀਂ ਕੀਤਾ ਉਹ ਨਾਲ ਦਿਆਂ ਨੇ ਕੀ ਕੁਛ ਕਰਦਾ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਆ ਇਹਨਾਂ ਸਾਰੇ ਸਵਾਲਾਂ ਦਾ ਨਾ ਇੱਕੋ ਹੱਲ ਆ ਚੁੱਪ ਕਰਕੇ ਮਰ ਮੁਰ ਜਾ ਕਿਸੇ ਸਵਾਲ ਦਾ ਜਵਾਬ ਦੇਣ ਦੀ ਲੋੜ ਨਹੀਂ ਤੈਨੂੰ ਇੱਕ ਸੌਖੀ ਜਿਹੀ ਮੌਤ ਦੱਸਾਂ ਜਿਹੜੀ ਹੁਣ ਗੱਡੀ ਆਊਗੀ ਨਾ ਉਹਨੇ ਇੱਥੇ ਰੁਕਣਾ ਨਹੀਂ ਦੱਬੇ ਦੱਬੇ ਪੈਰੀ ਜਾ ਉਹ ਠੰਡੇ ਠੰਡੇ ਗੱਡ ਰਹਿ ਉਹਨਾਂ 'ਤੇ ਰੱਖ ਤਾਂ ਹੁਣ ਆਪਦੀ
ਛੁੱਕ ਛੁੱਕ ਕਰਦੀ ਟ੍ਰੇਨ ਕਦੋਂ ਉੱਤੋਂ ਦੀ ਲੰਘ ਗਈ ਤੈਨੂੰ ਪਤਾ ਵੀ ਨਹੀਂ ਲੱਗਾ। ਆ ਕੀ ਮੈਂ ਕਹਿਤਾ, ਆ ਕੀ ਕਰਤਾ ਓਏ ਓਏ, ਜਿਹੜੇ ਤੈਨੂੰ ਸਵਾਲ ਉੱਠਣਗੇ ਉਹ ਤਾਂ ਮੁੱਕ ਜਾਣਗੇ, ਪਰ ਉਹਨਾਂ ਸਵਾਲਾਂ ਦਾ ਕੀ ਕਰੇਗਾ ਜਿਹੜੇ ਤੇਰੀ ਮਾਂ ਨੂੰ ਹੋਣਗੇ। ਲੋਕ ਕੀ ਕਹਿਣਗੇ, ਆ 9 ਮਹੀਨੇ ਢਿੱਡ ਚ ਰੱਖ ਕੇ ਤੇਰੀ ਮਾਂ ਨੇ ਤੈਨੂੰ ਆਹੀ ਕੁਛ ਸਿਖਾਇਆ, ਤੇਰਾ ਪਿਓ ਉਹ ਤੇਰੇ ਫੇਲ ਹੋਣ ਵਾਲਾ ਦੁੱਖ ਤਾਂ ਉਹਦੇ ਪੈਰ ਦੀ ਇੱਕ ਚੀਚੀ ਦਾ ਨੋਹ ਵੀ ਝੱਲ ਲੂ, ਪਰ ਜੇ ਉਹਨੂੰ ਪਤਾ ਲੱਗਿਆ ਮੇਰਾ ਪੁੱਤ ਉਹ ਤਾਂ ਜਿਉਂਦੇ ਜੀ ਮਰ ਜਾਣਗੇ। ਓਏ ਓਏ, ਉਹ ਤੈਨੂੰ ਕੀ ਲੱਗਦਾ ਇੱਥੇ ਮਰ ਕੇ ਤੂੰ ਕਿਸੇ ਹੋਰ ਸਵਰਗ ਚ ਪਹੁੰਚ ਜਾਏਗਾ, ਤਾਂ ਤੇਰਾ ਬਹੁਤ ਵੱਡਾ ਵਹਿਮ ਹੈ। ਉਹ ਵਹਿਮ ਹੈ, ਕੱਲਾ ਤੂੰ ਨਹੀਂ ਮਰੇਗਾ, ਤੇਰਾ ਮਾਂ ਪਿਓ ਵੀ ਮਰੂਗਾ, ਤੇਰੇ ਨਾਲ ਹਰ ਰਿਸ਼ਤਾ ਰੱਖਣ ਵਾਲਾ ਮਰੂਗਾ। ਉਹ ਸੋਚਣਗੇ ਕਿਤੇ ਸਾਡੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਜਿਹੜਾ ਤੂੰ ਆਹ ਕੁਛ ਕਰਤਾ। ਜੇ ਤੈਨੂੰ ਲੱਗਦਾ ਨਾ ਵੀ ਇਹ ਕੁਛ ਕਰਕੇ ਤੂੰ ਕਿਤੇ ਹੋਰ ਪਹੁੰਚ ਜਾਏਗਾ ਤਾਂ ਬਹੁਤ ਵੱਡੇ ਭੁਲੇਖੇ ਚ ਹੈ, ਇੱਥੇ ਹੀ ਫਸਾ ਰਹੇਗਾ ਘੁੰਮਣ ਕੇ ਰੀਚ। ਮੇਰੇ ਵਾਂਗੂ ਮੇਰੇ ਵਾਂਗੂ ਮੇਰੇ ਵਾਂਗੂ ਟੈਸਟ ਹੈ ਤੁਹਾਡਾ ਅੱਜ? ਹਾਂਜੀ ਵੀਰੇ, ਤੁਹਾਡਾ ਵੀ? ਨਹੀਂ ਮੇਰਾ ਤਾਂ ਹੋ ਗਿਆ, ਮੈਂ ਤਾਂ ਘਰ ਜਾ ਰਿਹਾ। ਘਰੇ ਲੜਕਿਆ ਲੱਗਦਾ, ਗੱਲ ਕਰਨੀ ਕੋਈ, ਕਹਿੰਦਾ ਕੀ ਹੈ? ਕੀ ਗੱਲ ਬਜ਼ੁਰਗੋ, ਮਰਨਾ ਹੈ ਉਹ?
ਮੈਂ ਸਾਰਿਆਂ ਨਾਲ ਸੌਖੀ ਮੌਤ ਦੱਸਾਂ। ਹੁਣ ਜਿਹੜੀ ਗੱਡੀ ਇੱਥੇ ਆਊਗੀ ਨਾ, ਉਹਨੇ ਇੱਥੇ ਰੁਕਣਾ ਨਹੀਂ। ਠੰਡੇ ਠੰਡੇ ਗਾਡਰਾਂ 'ਤੇ ਰੱਖੋ ਆਪਣੀ ਧੌਣ, ਛੁੱਕ ਛੁੱਕ ਕਰਦੀ ਗੱਡੀ ਕਦੋਂ ਲੰਘ ਗਈ ਪਤਾ ਵੀ ਨਹੀਂ ਲੱਗਦਾ।